ਵੈਲਕਮ ਬੈਕ ਟੂ ਦਾ ਚੈਨਲ ਤੇ ਅੱਜ ਤਰੀਕ 26 ਟਾਈਮ ਹੋਇਆ ਜੀ 12:33 ਤੇ ਮੈਂ ਇੱਥੇ ਪਿਕਅਪ ਕਰਨ ਆਇਆ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਜਿਹੜੇ ਆ ਟ੍ਰੇਲਰ ਦੇ ਟੈਂਡਮ ਆ ਉਹ ਕਿੱਦਾਂ ਮੂਵ ਕਰ ਸਕਦੇ ਹਾਂ ਜਿਹਦੇ ਨਾਲ ਆਪਾਂ ਵੇਟ ਵੀ ਐਡਜਸਟ ਕਰ ਸਕਦੇ ਹਾਂ ਵੀ ਜੇ ਆਪਾਂ ਟ੍ਰੇਲਰ ਦਾ ਮਗਰਲੇ ਐਕਸਲਾਂ ਦੇ ਟ੍ਰੇਲਰ ਐਕਸਲਾਂ ਤੇ ਜਾਂ ਜਿਹੜੇ ਆ ਡਰਾਈਵ ਐਕਸਲ ਆ ਉਹਨਾਂ ਤੇ ਵੇਟ ਐਡਜਸਟ ਕਰਨਾ ਹੋਵੇ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਟੈਂਡਮ ਜਿਹੜੇ ਆ ਮੂਵ ਕਰਨੇ ਆ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹਨਾਂ ਦਾ ਧਿਆਨ ਰੱਖਣਾ ਪੈਂਦਾ ਸਭ ਤੋਂ ਪਹਿਲਾਂ ਕਿ ਆਪਣੇ ਟ੍ਰੇਲਰ ਦੇ ਵਿੱਚ ਏਅਰ ਹੋਣੀ ਚਾਹੀਦੀ ਆ ਜੇ ਤੁਸੀਂ ਪਹਿਲਾਂ ਟਰਾਈ ਕਰ ਰਹੇ ਹੋ ਟੈਂਡਮ ਮੂਵ ਕਰਨ ਦੀ ਨਹੀਂ ਹੋਏ ਤੇ ਮਤਲਬ ਕਿ ਤੁਸੀਂ ਬ੍ਰੇਕ ਬਾਰ ਬਾਰ ਉਹਦੀ ਰਿਲੀਜ਼ ਜਾਂ ਮਤਲਬ ਕਿ ਬ੍ਰੇਕ ਫੁੱਲ ਕੀਤੀ ਆ ਟ੍ਰੇਲਰ ਦੀ ਤਾਂ ਹੋ ਸਕਦਾ ਕਿ ਉਹ 'ਚ ਏਅਰ ਨਾ ਹੋਵੇ ਤਾਂ ਕਰਕੇ ਜਿਹੜੀਆਂ ਤੁਹਾਡੀਆਂ ਪਿੰਨਾਂ ਅੰਦਰ ਨਹੀਂ ਜਾਂਦੀਆਂ ਸੋ ਮੇਕ ਸ਼ੋਰ ਕਰਨਾ ਵਾ ਕਿ ਤੁਹਾਡੇ ਟ੍ਰੇਲਰ 'ਚ ਪਹਿਲਾਂ ਏਅਰ ਬਿਲਡ ਅਪ ਹੋਣੀ ਚਾਹੀਦੀ ਆ ਟੈਂਡਮ ਮੂਵ ਕਰਨ ਤੋਂ ਪਹਿਲਾਂ ਤੇ ਚਲੋ ਫਿਰ ਬਾਹਰ ਜਾ ਕੇ ਦੇਖਦੇ ਹਾਂ ਕਿ ਕਿਹੜੇ ਕਿਹੜੇ ਸਟੈਪ ਆ ਜਿਹੜੇ ਆਪਾਂ ਨੂੰ ਫੋਲੋ ਕਰਨੇ ਪੈਣੇ ਆ ਕਿਉਂਕਿ ਮੈਂ ਤਾਂ ਇੱਥੇ ਕਾਫੀ ਦੇਰ ਤੱਕ ਖੜਾ ਵਾਂ ਮੇਰੇ ਟ੍ਰੇਲਰ 'ਚ ਤਾਂ ਮੈਨੂੰ ਪਤਾ ਵੀ ਏਅਰ ਜਿਹੜੀ ਆ ਹੈਗੀ ਆ ਤੇ ਫਿਰ ਮੈਂ ਤੁਹਾਨੂੰ ਦਿਖਾਉਣਾ ਕਿ ਕਿਹੜੀਆਂ ਕਿਹੜੀਆਂ ਆਪਾਂ ਬ੍ਰੇਕਾਂ ਤੇ ਜਾਂ ਕਿੱਦਾਂ ਸਟਾਰਟ ਕਰਨਾ ਵਾ ਜਿਹੜੇ ਆ ਟੈਂਡਮ ਮੂਵ ਜਿਹੜੀ ਆ ਟਰੈਕਟਰ ਦੀ ਬ੍ਰੇਕ ਮੇਰੀ ਆਲਰੇਡੀ ਬਾਹਰ ਆ ਵੀ ਟਰੈਕਟਰ ਦੀ ਬ੍ਰੇਕ ਜਿਹੜੀ ਆ ਮੈਂ ਆਲਰੇਡੀ ਖਿੱਚੀ ਆ ਤੇ ਟੈਂਡਮ ਮੂਵ ਕਰਨ ਲਈ ਆਪਾਂ ਜਿਹੜੀ ਟ੍ਰੇਲਰ ਦੀ ਬ੍ਰੇਕ ਆ ਉਹ ਵੀ ਪੁੱਲ ਕਰ ਦੇਣੀ ਆ ਚਲੋ ਜੀ ਹੁਣ ਟ੍ਰੇਲਰ ਦੀ ਬ੍ਰੇਕ ਲੱਗ ਗਈ ਆ ਤੇ ਚਲੋ ਫਿਰ ਹੁਣ ਚੱਲਦੇ ਆ ਜੀ ਬਾਹਰ ਟ੍ਰੇਲਰ ਦੀ ਬ੍ਰੇਕ ਜਿਹੜੀ ਆ ਉਹ ਅੰਦਰੋਂ ਖਿੱਚ ਆਇਆ ਵਾਂ ਤੇ ਹੁਣ ਜਿਵੇਂ ਕਿ ਆਪਾਂ ਵੇਖ ਸਕਦੇ ਹਾਂ ਕਿ ਮੇਰੇ ਟ੍ਰੇਲਰ ਦੇ ਟਾਇਰ ਆ ਕਾਫੀ ਅੱਗੇ ਮਤਲਬ ਕਿ 41 ਤੋਂ ਵੀ ਕਾਫੀ ਅੱਗੇ ਤਾਂ ਕਰਕੇ ਕਿ ਜਿਹੜਾ ਮੈਂ ਲੋਡ ਲਿਆਂਦਾ ਸੀ ਉਹ ਕਾਫੀ ਹਲਕਾ ਸੀ ਤੇ ਤਾਂ ਕਰਕੇ ਮੈਂ ਅੱਗੇ ਹੀ ਲਾਏ ਵੀ ਵੇਟ ਥੋੜਾ ਪਿੱਛੇ ਵੀ ਆ ਜੇ ਤੇ ਹੁਣ ਇਹ ਤੋਂ ਬਾਅਦ ਆਪਾਂ ਆਹ ਵਾਲੀ ਪਿੰਨ ਜਿਹੜੀ ਆ ਨਾ ਪਿੰਨ ਹੁੰਦੀ ਆ ਕਈਆਂ ਦੇ ਨਾ ਇੱਥੇ ਹੁੰਦੀ ਆ ਪੁੱਲ ਕਰਨ ਵਾਲੀ ਸੀਕ ਜੀ ਹੁੰਦੀ ਉਹ ਸੀਕ ਜੀ ਚੁੱਕ ਕੇ ਤੇ ਪਛਾਹ ਖਿੱਚ ਦਈਦੀ ਆ ਟੈਂਡਮ ਬਾਹਰ ਆ ਜਾਂਦੇ ਆ ਹੁਣ ਇੱਥੇ ਪਿੰਨ ਆ ਸੋਰੀ ਜਿਹੜੀ ਆ ਸੀਕ ਜੀ ਖਿੱਚ ਕੇ ਤੇ ਆਪਾਂ ਜਦੋਂ ਖਿੱਚੀ ਦੀ ਆ ਤੇ ਜਿਹੜੀਆਂ ਪਿੰਨਾਂ ਵਾ ਉਹ ਅੰਦਰ ਚਲ ਜਾਂਦੀਆਂ ਵਾ ਹੁਣ ਇੱਥੇ ਆਪਣੇ ਦੋ ਆ ਪਿੰਨ ਆ ਆਪਾਂ ਪਿੰਨ ਨੂੰ ਖਿੱਚਣਾ ਵਾ ਹੁਣ ਉਹ ਜਿਹੜੀਆਂ ਪਿੰਨਾਂ ਚਲ ਗਈਆਂ ਵਾ ਅੰਦਰ ਠੀਕ ਹੈ ਜੀ ਆਹ ਜਿਹੜੀ ਪਿੰਨ ਆ ਇਹ ਪਹਿਲਾਂ ਬਾਹਰ ਸੀ ਹੁਣ ਇਹ ਚਲ ਗਈ ਆ ਪਿੰਨਾਂ ਅੰਦਰ ਚਲ ਗਈਆਂ ਵਾ ਹੁਣ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਇਹ ਚੰਗੀ ਤਰ੍ਹਾਂ ਮਤਲਬ ਕਿ ਚਲ ਗਈਆਂ ਵਾ ਕਿਉਂਕਿ ਏਅਰ ਵਗੈਰਾ ਬਿਲਡਅਪ ਹੋਈ ਸੀ ਤੇ ਵੀ ਚਲੋ ਪਿੰਨਾਂ ਅੰਦਰ ਹੋ ਗਈਆਂ ਕਈ ਵਾਰ ਹੁੰਦਾ ਵਾ ਕਿ ਜਦੋਂ ਆਪਾਂ ਜਦੋਂ ਪਿੰਨ ਖਿੱਚ ਦਈਦੀ ਆ ਤੇ ਜਿਹੜੀ ਆ ਪਿੰਨਾਂ ਅੰਦਰ ਨਹੀਂ ਜਾਂਦੀਆਂ ਉਹਦਾ ਕੀ ਕਾਰਨ ਹੁੰਦਾ ਵਾ ਕਿ ਜਦੋਂ ਲੋਡ ਟ੍ਰੇਲਰ ਲੋਡਡ ਹੋਵੇ ਜਾਂ ਪਿੰਨਾਂ ਕਿਹੜਾ ਸਟੱਕ ਜੀਆਂ ਹੋ ਜਾਂਦੇ ਅੱਗੇ ਪਿੱਛੇ ਝਟਕੇ ਮਰਾਉਣੇ ਪੈਂਦੇ ਆ ਤੇ ਹੁਣ ਤੇ ਮਤਲਬ ਕਿ ਦੂਜੀ ਸਾਈਡ ਦੀਆਂ ਨੇ ਵੇਖੀਆਂ ਤੇ ਟੈਂਡਮ ਕਰਨੇ ਆ ਮੈਂ ਪੂਰੇ ਪਿੱਛੇ ਇਹਦਾ ਮਤਲਬ ਕਿ ਮੈਂ ਟ੍ਰੇਲਰ ਨੂੰ ਕਰੂੰਗਾ ਅੱਗੇ ਟਰੈਕਟਰ ਨੂੰ ਅੱਗੇ ਤੋਰੂੰਗਾ ਤੇ ਜਿਹੜੇ ਮੇਰੇ ਟਾਇਰ ਆ ਉਹ ਪਿੱਛੇ ਦੇ ਪਿੱਛੇ ਰਹਿ ਜਾਣਗੇ ਆਪਾਂ ਜਿਹੜੀ ਆ ਟ੍ਰੇਲਰ ਦੀ ਬ੍ਰੇਕ ਲੱਗੀ ਰਹਿਣ ਦੇਣੀ ਆ ਕਿਉਂਕਿ ਆਪਾਂ ਟਾਇਰ ਨਹੀਂ ਮੂਵ ਹੁੰਦੇ ਨੇ ਆਪਾਂ ਟਰੈਕਟਰ ਦੀ ਬ੍ਰੇਕ ਕਰ ਦੇਣੀ ਆ ਅੰਦਰ ਠੀਕ ਹੈ ਜੀ ਟਰੈਕਟਰ ਦੀ ਬ੍ਰੇਕ ਆਪਾਂ ਕਰਤੀ ਆ ਰਿਲੀਜ਼ ਹੁਣ ਮੈਂ ਮਰਾਉਂਗਾ ਅੱਗੇ ਨੂੰ ਝਟਕਾ ਲਓ ਜੀ ਮੇਰੇ ਤਾਂ ਪਿੰਨਾਂ ਆਲਰੇਡੀ ਅੰਦਰ ਚਲ ਗਈਆਂ ਸੀ ਤੇ ਜਿਹੜੇ ਆ ਟੈਂਡਮ ਆ ਉਹ ਈਜ਼ੀਲੀ ਮੂਵ ਹੋਈ ਜਾਂਦੇ ਆ ਲਓ ਜੀ ਟਾਇਰ ਲੱਗ ਗਿਆ ਆਲ ਦੇ ਵੇ ਟਾਇਰ ਜਿਹੜੇ ਆ ਉਹ ਪਿੱਛੇ ਲੱਗ ਗਿਆ ਹੁਣ ਇੱਕ ਵੇ ਜਿਹੜਾ ਵਾ ਪਿੰਨਾਂ ਅੰਦਰ ਕਰਨ ਦਾ ਹੋਇਆ ਵੀ ਮੈਂ ਇੱਥੇ ਬ੍ਰੇਕ ਰਿਲੀਜ਼ ਕਰਦਾ ਟ੍ਰੇਲਰ ਦੀ ਵੀ ਤੇ ਰਿਲੀਜ਼ ਕਰਕੇ ਟਰੈਕਟਰ 'ਚ ਫੇਰ ਜਿਹੜੀ ਟ੍ਰੇਲਰ 'ਚ ਫੇਰ ਏਅਰ ਜਾਊਗੀ ਤੇ ਮੈਂ ਫੇਰ ਟ੍ਰੇਲਰ ਦੀ ਬ੍ਰੇਕ ਖਿੱਚ ਕੇ ਤੇ ਇਹਨੂੰ ਜਦੋਂ ਝਟਕਾ ਮਰਾਇਆ ਤਾਂ ਪਿੰਨਾਂ ਬਾਹਰ ਨਿਕਲਾਉਣਗੀਆਂ ਚਲੋ ਇਹ ਵੇ ਆਪਾਂ ਨਹੀਂ ਫੋਲੋ ਕਰਦੇ ਆਪਾਂ ਜਾਂਦੇ ਹਾਂ ਬਾਹਰ ਤੇ ਬਾਹਰ ਜਾ ਕੇ ਪਿੰਨ ਅੰਦਰ ਕਰਕੇ ਪਿੰਨ ਅੰਦਰ ਕਰਕੇ ਤੇ ਬਾਅਦ 'ਚੋਂ ਆ ਕੇ ਝਟਕਾ ਮਰਾਵਾਂਗੇ ਤੇ ਜਿਹੜੇ ਆ ਕਿ ਬਾਅਦ 'ਚੋਂ ਜਿਹੜੇ ਆ ਜਿਹੜੀਆਂ ਪਿੰਨਾਂ ਵਾ ਉਹ ਫੇਰ ਬਾਹਰ ਨੂੰ ਆ ਜਾਣ ਲਓ ਜੀ ਜਿਹੜੇ ਟਾਇਰ ਆ ਉਹ ਲੱਗ ਗਿਆ ਕੰਪਲੀਟਲੀ ਪਿੱਛੇ ਹੁਣ ਜਿਹੜੀਆਂ ਵਾ ਆਹ ਜਿਹੜੀਆਂ ਆਹ ਪਿੰਨ ਆਪਾਂ ਜਿਹੜੀ ਬਾਹਰ ਖਿੱਚੀ ਇਹਨੂੰ ਆਪਾਂ ਕਰ ਦੇਣਾ ਵਾ ਅੰਦਰ ਪੁਸ਼ ਇਹਨੂੰ ਮੈਂ ਅੰਦਰ ਪੁਸ਼ ਕਰਦਾ ਵਾ ਹੁਣ ਹਜੇ ਜਿਹੜੀਆਂ ਵਾ ਕੋਈ ਵੀ ਪਿੰਨਾਂ ਬਾਹਰ ਨਹੀਂ ਆਈਆਂ ਕਿਉਂਕਿ ਅੱਜ ਜਦੋਂ ਆੜੇ ਸ਼ੇਕ ਬਣੇ ਇਹਨਾਂ ਦੇ ਲਾਗੇ ਆਉਣਗੀਆਂ ਫੇਰ ਜਿਹੜੀਆਂ ਵਾ ਇਹ ਬਾਹਰ ਆਉਣਗੀਆਂ ਤਾਂ ਕਰਕੇ ਇਹਦੇ ਲਈ ਆਪਣਾ ਮਰਾਉਣਾ ਪੈਣਾ ਝਟਕਾ ਹੁਣ ਟਰੈਕਟਰ ਤੇ ਟ੍ਰੇਲਰ ਦੋਵਾਂ ਦੀ ਬ੍ਰੇਕ ਲੱਗੀ ਆ ਹੁਣ ਮੈਂ ਟਰੈਕਟਰ ਦੀ ਫੇਰ ਬ੍ਰੇਕ ਅੰਦਰ ਕਰਕੇ ਤੇ ਝਟਕਾ ਮਰਾਉਂਗਾ ਟ੍ਰੇਲਰ ਨੂੰ ਹੁਣ ਜੀ ਮੈਂ ਟਰੈਕਟਰ ਦੀ ਬ੍ਰੇਕ ਕਰਤੀ ਆ ਅੰਦਰ ਟਰੈਕਟਰ ਦੀ ਬ੍ਰੇਕ ਕਰਤੀ ਆ ਜੀ ਮੈਂ ਅੰਦਰ ਹੁਣ ਅੱਗੇ ਤੇ ਹੋਰ ਮੈਂ ਕਰ ਨਹੀਂ ਸਕਦਾ ਹੁਣ ਪਛਾਣ ਨੂੰ ਝਟਕਾ ਮਰਾਉਂਗਾ ਲਓ ਜੀ ਅਖੜਾ ਕੇ ਮੜਾ ਜਿਹਾ ਆ ਜਾਂਦਾ ਆਪਣੇ ਤੋਂ ਪਿੰਨਾਂ ਪੈ ਜਾਂਦੀਆਂ ਹੁਣ ਮੈਂ ਬ੍ਰੇਕ ਟਰੈਕਟਰ ਦੀ ਵੀ ਖਿੱਚ ਦੂੰਗਾ ਹੁਣ ਜੇ ਤੁਸੀਂ ਚਾਹੋ ਤੇ ਟ੍ਰੇਲਰ ਦੀ ਬ੍ਰੇਕ ਰਿਲੀਜ਼ ਕਰ ਸਕਦੇ ਹੋ ਵੀ ਟ੍ਰੇਲਰ ਜਿਹੜੀ ਆ ਏਅਰ ਬਿਲਡ ਹੋ ਜਾਏ ਥੋੜ੍ਹੀ ਗੱਲ ਚਲੋ ਫਿਰ ਬਾਹਰ ਜਾ ਕੇ ਵੇਖਦੇ ਹੁਣ ਲਓ ਜੀ ਆਹ ਜਿਹੜੀ ਆ ਪਿੰਨ ਬਾਹਰ ਆ ਗਈ ਆ ਆਹ ਇੱਕ ਪਿੰਨ ਇੱਥੇ ਹੁੰਦੀ ਆ ਉਹ ਵੀ ਬਾਹਰ ਆ ਗਈਆਂ ਕਿੱਲੀਆਂ ਜਿਹੀਆਂ ਵਾਲੀਆਂ ਆਪਾਂ ਦੂਜੀ ਸਾਈਡ 'ਤੇ ਵੇਖ ਲੈਂਦੇ ਵੀ ਬਾਹਰ ਆ ਗਈਆਂ ਕਿ ਨਹੀਂ ਆ ਦੂਜੀ ਸਾਈਡ ਤੋਂ ਵੀ ਜਿਹੜੀਆਂ ਵਾ ਦੋਵੇਂ ਕਿੱਲੀਆਂ ਜਿਹੜੀਆਂ ਬਾਹਰ ਆ ਕਰਨ ਦਾ ਅਤੇ ਮੈਂ ਹੁਣ ਦੱਸਦਾ ਵਾਂ ਵੀ ਜਿਹੜਾ ਵੇਟ ਆ ਆਪਾਂ ਕਿੱਦਾਂ ਐਡਜਸਟ ਕਰ ਸਕਦੇ ਹਾਂ ਟੈਂਡਮ ਮੂਵ ਕਰਕੇ ਟੈਂਡਮ ਲਾਇਆ ਆਲ ਦ ਵੇ ਬੈਕ ਹਜੇ ਤਾਂ ਚਲੋ ਮੇਰਾ ਟ੍ਰੇਲਰ ਐਮਪਟੀ ਆ ਅਤੇ
मान लो जे हुण मेरा ट्रेलर लोडड होवे ते मेरे जिहड़े मगर ट्रेलर वाले टायर आ जिहड़ा मैं मूव करके आया वा उहनां दे वेट ज़्यादा वा मान लो जिवें इहनां दे जे वेट ज़्यादा फिर मैं ट्रेलर दे टैंडम जिहड़े आ पिछे मूव करूँगा भी बैक साइड नूं पछाण मूव करूँगा क्योंकि उहदे नाल जिहड़ा वा ट्रैक्टर ते ज़्यादा भार आ जूगा जिहड़े ड्राइव एक्सल आ मैं कहिंदा बाहर जाके भी दसदा वा ते जे मान लो मेरे ट्रैक्टर ते भार ज़्यादा वा फिर मैं जिहड़े ट्रेलर दे टायर आ उह अगे करूँगा भी होर ट्रैक्टर वालों होर लियाऊंगा भी जिहड़ा पिछले जिहड़ा वा टायरां दे भार ज़्यादा चल जाए तो इन्हां ते जिहड़ा वा उह कट जाए हुण मैं बाहर जाके दसदा वा माड़ा जिहा भी की कहदे बारे मैं कहन दिया वा इहदा मतलब आ कि जे ट्रेलर लोडड होवे ना तो जिहड़े जिहड़े ड्राइव एक्सल आ ना ट्रैक्टर दे जिहड़े आह वाले जिहड़े टायर आ इन्हां दे भार जिहड़ा वा ज़्यादा आऊगा भी इन्हां दे जिहड़ा ज़्यादा भार होगा मगरले टायरां दे भार बहुत घट होगा ट्रेलर दे हुण जे मान लो लैट्स से कि इन्हां दे भार ज़्यादा वा जदों तुहाडा लोड मतलब कि तुसीं जदों स्केल कराई आ ते इत्थे भार तुहाडा ज़्यादा वा 34,000 तों फिर तुसीं आड़े टायर आ इन्हां नूं करोगे अग्गे इन्हां नूं अग्गे करके जिवें इत्थे के करके फिर इन्हां दे भार चल जूगा ते उहनां दे भार घट जूगा लोड होण लग पिया लोड ते एक मैं होर टिप दिना कि आप टायर जिहड़े नॉर्मली कित्थे के रखिए ते सही रहिंदे आ लोड जिहड़ा वा लास्ट तक लोडड है ना एंड तक फिर तुहाडे जिहड़े आ जिहड़ा सेंटर है ना टायरां दा ये कोशिश करिया करो कि 41 दे नाल अलाइन होवे फिर जिहड़ा वा तुहाडा लोड सैट ही हुंदा वा जिहड़ा लोड तुहाडा पूरा एंड तक लोडड आ ते सैट लोड आ बाकी कई बार ਜਿਹੜੇ ਆ ਲੋਡਰ ਆ ਉਹ ਕਈ ਨਾ ਇੱਥੇ ਲੋਡ ਜ਼ਿਆਦਾ ਰੱਖ ਦਿੰਦੇ ਆ ਕਈ ਨਾ ਪਿੱਛੇ ਭਾਰ ਜ਼ਿਆਦਾ ਹੁੰਦਾ ਸੋ ਉਸ ਹਿਸਾਬ ਨਾਲ ਫਿਰ ਆਪਾਂ ਟੈਂਡਮ ਜਿਹੜੇ ਆ ਉਹ ਮੂਵ ਕਰ ਸਕਦੇ ਹਾਂ ਇੱਦਾਂ ਅਤੇ ਇਹ ਸੀ ਜੀ ਵੀਡੀਓ ਜਿੱਦਾਂ ਇਹਦੇ ਨਾਲ ਆਪਾਂ ਵੀ ਟੈਂਡਮ ਇਹ ਵੀਡੀਓ ਨੂੰ ਫੋਲੋ ਕਰਕੇ ਤੁਸੀਂ ਮੂਵ ਕਰ ਸਕਦੇ ਹੋ ਜੇ ਕਿਸੇ ਦਾ ਕੋਈ ਸਵਾਲ ਹੋਵੇ ਕਿਸੇ ਵੀ ਚੀਜ਼ ਨਾਲ ਰਿਲੇਟਡ ਟਰੱਕ ਨਾਲ ਤਾਂ ਤੁਸੀਂ ਕਮੈਂਟ 'ਚ ਜਿਹੜਾ ਵਾ ਮੈਂਸ਼ਨ ਕਰਕੇ ਮੈਨੂੰ ਪੁੱਛ ਸਕਦੇ ਹੋ ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਕਾਫੀ ਸਾਰਾ ਇਨਫੋਰਮੇਟਿਵ ਅਤੇ ਵਧੀਆ ਕੰਟੈਂਟ ਜਿਹੜਾ ਵਾ ਆਉਣ ਦਾ ਵੇ ਆ